नमस्कार दोस्तों, निरोग जीवन संस्थान के यूट्यूब चैनल आरबीलाइव मीडिया में आपका स्वागत है। अपडेट सोयपुर से आ रही है। विजिलेंस विभाग की टीम ने काउंटर इंटेलिजेंस के फाजिलका स्थित विंग SSOC के थाना प्रभारी राजवंत सिंह को 1,00,000 रुपए की कथित रिश्वत लेते हुए रंगे हाथ गिरफ्तार किया और उनके घर की तलाशी में 910 ग्राम डोडा पोस्ट बरामद की गई। विजिलेंस विभाग के SSP हरगोविंद सिंह ने एक संवाददाता सम्मेलन में बताया कि मोगा के दोदियां वाली गांव के गुरलाल सिंह पर थाना SSOC विंग ने NDPS एक्ट में केस दर्ज किया था। इसने उनके पास शिकायत दर्ज करवाई की। मामले की तफ्तीश SSOC विंग फाजिलका के थाना प्रभारी सब इंस्पेक्टर राजवंत सिंह कर रहे थे। इस मामले में वह जेल में बंद था। इस दौरान पीछे से राजवंत सिंह उसके घर पर रेड करके उसकी लाइसेंसी पिस्तौल .32 बोर समेत 5 जिंदा कारतूस बरामद कर अपने साथ ले गया, जिन्हें केस प्रॉपर्टी के तौर पर नहीं दर्शाया गया। शिकायतकर्ता के अनुसार जमानत पर जेल से बाहर आकर उसे इस बारे में पता चला। जब वह थाना प्रभारी को मिला तो जवाब मिला कि पिस्तौल उनके पास है, जिसे मुकदमे में नहीं दर्शाया गया। पिस्तौल मांगने पर जवाब मिला कि 3,00,000 रुपये लगेंगे। थाना प्रभारी की मिन्नतें करने पर सौदा 2,00,000 में तय हुआ। मंगलवार देर शाम 2,00,000 रुपये में से 1,00,000 रुपया लेते हुए थाना प्रभारी को गांव पिंडी के पास ट्रैप लगाकर विजिलेंस टीम ने दबोच लिया और उसके खिलाफ भ्रष्टाचारी अधिनियम के तहत मामला दर्ज कर लिया। SSP हरगोविंद सिंह के अनुसार आरोपी के घर से अवैध तरीके से शिकायतकर्ता का पिस्तौल भी बरामद कर लिया है। देखिए प्रकार से यह मामला सामने आया है। फिरोजपुर के SSP विजिलेंस हरगोविंद सिंह ने देखे किस प्रकार से कार्रवाई की है, आपको लाइव कवरेज दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਵਿਜੀਲੈਂਸ ਵੱਲੋਂ ਫੜਿਆ ਗਿਆ, ਕੀ ਇਹ ਕਿਹੜੇ ਕੇਸ ਦੇ ਵਿੱਚ ਫੜਿਆ ਅਤੇ ਕੀ ਇਹਨੇ ਕਿਵੇਂ ਟਰੈਪ ਕੀਤਾ ਗਿਆ? ਇਹ ਗੁਰਲਾਲ ਸਿੰਘ ਵਾਸੀ ਮੋਗਾ, ਉਹਨੇ ਸਾਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਉਸਦੇ ਖਿਲਾਫ ਇੱਕ ਮੁਕਦਮਾ ਨੰਬਰ 19/11/12/2018 ਨੂੰ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਦੇ ਥਾਣਾ ਫਾਜ਼ਿਲਕਾ ਵੱਲੋਂ ਦਰਜ ਕੀਤਾ ਗਿਆ ਸੀ 18 NDPS ਤਹਿਤ। ਇਸ ਮੁਕਦਮੇ ਦੇ ਦਰਜ ਹੋਣ ਤੋਂ ਬਾਅਦ ਇਸ ਥਾਣੇ ਦੇ SHO ਜਿਹੜਾ SI ਰਾਜਵੰਤ ਸਿੰਘ ਹੈ, ਉਸਦੇ ਘਰ ਜਦੋਂ ਤਲਾਸ਼ੀ ਲੈਣ ਆਇਆ ਤਾਂ ਉਸਦੇ ਘਰੋਂ ਉਸਦਾ ਇੱਕ ਲਾਇਸੈਂਸੀ ਪਿਸਟਲ, 32 ਬੋਰ, 1 ਮੈਗਜ਼ੀਨ ਅਤੇ 5 ਕਾਰਤੂਸ ਜਿੰਦਾ ਜਿਹੜਾ ਆਪਣੇ ਨਾਲ ਲੈ ਗਏ ਸੀ, ਜੋ ਉਸਨੇ ਉਸ 19 ਨੰਬਰ ਮੁਕਦਮੇ ਵਿੱਚ ਜਿਹੜੇ ਆ ਉਹ ਛੋੜੇ ਸੀ ਕਿਤੇ। ਜਦੋਂ ਇਹ ਜਿਹੜਾ ਗੁਰਲਾਲ ਸਿੰਘ ਹੈ ਜੇਲ੍ਹ 'ਚੋਂ ਬਾਹਰ ਆਇਆ ਤਾਂ ਉਸਨੇ ਆਪਣੇ ਰਿਵਾਲਵਰ ਅਸਟਾਮਿਨੇਸ਼ਨ ਬਾਰੇ SI ਰਜਵੰਤ ਸਿੰਘ ਨੂੰ ਪੁੱਛਿਆ ਤਾਂ SI ਰਜਵੰਤ ਸਿੰਘ ਨੇ ਕਿਹਾ ਕਿ ਉਹ ਜਿਹੜਾ ਰਿਵਾਲਵਰ ਹੈ ਉਸਦਾ ਅਸਟਾਮਿਨੇਸ਼ਨ ਜਿਹੜਾ 32 ਬੋਰ ਦਾ ਉਹਦੇ ਆਪਣੇ ਕੋਲ ਹੈ ਅਤੇ ਉਹ ਜਿਹੜਾ ਅਸਟਾਮਿਨੇਸ਼ਨ ਆਉਂਦੇ ਆ ਮੁਕਦਮੇ ਵਿੱਚ ਨਹੀਂ ਪਾਇਆ ਅਤੇ ਜੇ ਤੂੰ ਉਹ ਰਿਵਾਲਵਰ ਪਿਸਟਲ ਆਪਣਾ ਵਾਪਸ ਲੈਣਾ ਹੈ ਪਿਸਟਲ ਤਾਂ ਉਸਦੇ 3,00,000 ਰੁਪਏ ਜਿਹੜੀ ਤੈਨੂੰ ਬਤੌਰ ਰਿਸ਼ਵਤ ਜਿਹੜੀ ਹੈ ਦੇਣੀ ਪਏਗੀ। ਜਿਹੜਾ ਇਸ ਸਾਡੇ ਮੁਕਦਮੇ ਦਾ ਜਿਹੜਾ ਗੁਰਲਾਲ ਸਿੰਘ ਮਦਈ ਹੈ ਉਸਨੇ ਉਸ ਨਾਲ 3 ਮਿੰਟਾਂ ਕੀਤੀ ਤਾਂ ਇਹਨਾਂ ਦਾ 2,00,000 ਦਾ ਸੌਦਾ ਹੋਇਆ ਤਾਂ ਇਹ 2,00,000 ਵਿੱਚੋਂ ਜਿਹੜੀ ਪਹਿਲੀ ਕੇਸ 'ਤੇ 1,00,000 ਰੁਪਇਆ ਜਿਹੜਾ ਸੀਗਾ ਰਾਜਵੰਤ ਸਿੰਘ ਕੱਲ੍ਹ 5 ਤਰੀਕ ਨੂੰ ਜਿਹੜਾ ਲੈਣ ਵਾਸਤੇ ਪਿੰਡੀ ਪਿੰਡ ਜਿਹੜਾ ਗੋਲੂਕਾ ਮੋੜ ਦੇ ਨੇੜੇ ਹੈ ਉੱਥੇ ਆਪਣੀ ਸਵਿਫਟ ਕਾਰ 'ਚ ਲੈਣ ਵਾਸਤੇ ਆਇਆ ਤਾਂ ਉੱਥੇ ਅਸੀਂ ਸਾਡੇ ਜਿਹੜੇ DSP ਵਿਜੀਲੈਂਸ ਬਿਊਰੋ ਗੁਰਿੰਦਰਜੀਤ ਸਿੰਘ ਫਾਜ਼ਿਲਕਾ ਅਤੇ ਸਾਡੀ ਟੀਮ ਨੇ ਜਿਹੜਾ ਉੱਥੇ ਟਰੈਪ ਲਾਇਆ ਹੋਇਆ ਸੀਗਾ। ਜਿਸ ਟਾਈਮ ਵੀ ਇਸਨੇ ਉੱਥੋਂ ਪੈਸੇ ਲਏ ਤਾਂ ਉਸ ਨੂੰ ਅਸੀਂ ਕਾਬੂ ਕਰ ਲਿਆ ਤਾਂ ਉਸ ਵੇਲੇ ਜਿਹੜਾ ਸਾਰੇ ਚਰਨਜੀਤ ਸਿੰਘ ADO ਖੇਤੀਬਾੜੀ ਵਿਭਾਗ ਅਤੇ ਅਮਿਤ ਸਿੰਧ ਜਿਹੜੇ ਹੈਗੇ ਆ ਇਹ DFC ਦਫ਼ਤਰ ਦੇ ਕਲਰਕ ਨੇ, ਇਹ ਜੋ ਸਰਕਾਰੀ ਗਵਾਹ ਸੀ ਇਹਨਾਂ ਦੀ ਹਾਜ਼ਰੀ ਵਿੱਚ ਜਿਹੜੇ ਹੈ 1,00,000 ਰੁਪਇਆ ਜਿਹੜਾ ਦੋਸ਼ੀ ਜਿਹੜਾ ਹੈਗਾ ਰਾਜਵੰਤ ਸਿੰਘ SHO ਇਹਦੇ ਕੋਲੋਂ ਬਰਾਮਦ ਕੀਤੀ ਤਾਂ ਇਸ ਸੰਬੰਧ ਜਿਹੜਾ ਮੁਕੱਦਮਾ ਨੰਬਰ 5 ਅਧੀਨ ਧਾਰਾ 7 PC Act 1988 ਅਮੈਂਡਮੈਂਟ 2018 ਥਾਣਾ ਬਿਜਨਸ ਬਿਊਰੋ ਫਿਰੋਜ਼ਪੁਰ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਅਤੇ ਇਸ ਦੀ ਮੁਕੱਦਮੇ ਤਫਤੀਸ਼ ਜਾਰੀ ਹੈ। ਇਸੇ ਮੁਕੱਦਮੇ ਬਰਾਮਦਗੀ ਜਦੋਂ ਸੰਬੰਧ ਵਿੱਚ ਮੁਕੱਦਮੇ ਸੰਬੰਧ ਵਿੱਚ SI SHO ਰਾਜਵੰਤ ਸਿੰਘ ਦੇ ਜਲਾਲਾਬਾਦ ਘਰ ਦੀ ਤਲਾਸ਼ੀ ਦੇ ਦੌਰਾਨ ਜਿਹੜਾ 1 32 ਬੋਰ ਪਿਸਟਲ, 5 ਜਿੰਦਾ ਕਾਰਤੂਸ ਅਤੇ 1 ਮੈਗਜ਼ੀਨ ਬਰਾਮਦ ਹੋਈ। ਇਹ ਉਹੀ ਅਸਲਾ ਸੀਗਾ ਜਿਹੜਾ ਇਹ ਗੁਰਲਾਲ ਸਿੰਘ ਦੇ ਘਰੋਂ ਜਿਹੜਾ ਉਸਦਾ ਲਾਇਸੈਂਸੀ ਰਿਵਾਲਵਰ ਅਤੇ ਅਸਲਾ ਮੁਸ਼ਨ ਲੈ ਕੇ ਆ ਗਿਆ ਸੀ ਜਿਹੜਾ ਇਸ ਮੁਕਦਮੇ ਵਿੱਚ ਨਹੀਂ ਸੀ ਪਾਇਆ। ਇਸ ਤੋਂ ਬਿਨਾਂ 910 ਗ੍ਰਾਮ ਜਿਹੜੀ ਹੈ ਉਹ ਡੋਡਾ ਪੋਸਟ ਜਿਹੜੀ ਇਸਦੇ ਘਰੋਂ ਬਰਾਮਦ ਹੋਈ ਸੀ, ਜੋ ਇਸਨੇ ਨਜਾਇਜ਼ ਪਿਸਟਲ ਅਤੇ ਜਿਹੜਾ ਡੋਡੇ ਆਪਣੇ ਘਰ ਰੱਖੇ ਹੋਏ ਸਨ। ਇਸ ਸੰਬੰਧ ਵਿੱਚ 14 ਨੰਬਰ ਮੁਕੱਦਮਾ ਅਧੀਨ ਧਾਰਾ 15 NDPS ਅਤੇ 25 RM Act ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਰਜਿਸਟਰ ਕੀਤਾ ਗਿਆ, ਜੋ ਇਹਨਾਂ ਦੋਵਾਂ ਮੁਕੱਦਮਿਆਂ ਜਿਹੜੀ ਹੈ ਤਫਤੀਸ਼ ਜਾਰੀ ਹੈ।
ਸਰ ਇਹ ISO ਕਾਹਦਾ ਸੀਗਾ, ਕਾਊਂਟਰ ਇੰਟੈਲੀਜੈਂਸ ਦਾ ਕਾਹਦਾ ਸੀ? ਇਹ SI ਰਾਜਵੰਤ ਸਿੰਘ ਜਿਹੜਾ ਹੈਗਾ ਹੈ, ਇਹ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਜੋ ਕਾਊਂਟਰ ਇੰਟੈਲੀਜੈਂਸ ਦਾ ਥਾਣਾ ਇਹ, ਉਹਦਾ ਮੁੱਖ ਅਫਸਰ ਸੀ SHO। ਇਹਨਾਂ ਦੇ ਕਿੰਨੇ ਜ਼ਿਲ੍ਹੇ ਸਰ ਅੰਦਰ ਆਉਂਦੇ ਸੀਗੇ? ਇਹਨਾਂ ਦੀ ਜੁਰਿਸਡਿਕਸ਼ਨ ਕਰੀਬ ਜਿਹੜਾ ਮੈਨੂੰ ਪਤਾ ਲੱਗਾ 9 ਜ਼ਿਲ੍ਹਿਆਂ ਦੀ।